ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦਾ ਦਿਲ ਕਹੇ ਜਾਣ ਵਾਲੇ ਲੁਧਿਆਣਾ ਤੋਂ ਆ ਰਹੀ ਹੈ, ਜਿੱਥੇ ਮੌਸਮ ਵਿਭਾਗ ਦੀ ਭਵਿੱਖਬਾਣੀ ਸਹੀ ਸਾਬਿਤ ਹੋਣ ਤੋਂ ਬਾਅਦ ਅਚਾਨਕ ਮੌਸਮ ਬਦਲ ਗਿਆ, ਜਿਸ ਤੋਂ ਬਾਅਦ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਵੱਡੇ ਵੱਡੇ ਆਕਾਰ ਦੇ ਬਰਫ਼ ਦੇ ਗੋਲੇ ਸ਼ਹਿਰ 'ਚ ਡਿੱਗੇ। ਹੁਣ ਤੁਹਾਨੂੰ ਦੱਸਦੇ ਹਾਂ ਕਿਵੇਂ। ਅਸਲ 'ਚ ਮੌਸਮ ਵਿਭਾਗ ਦੇ ਮੁਤਾਬਕ 29 ਫਰਵਰੀ ਨੂੰ ਉਹਨਾਂ ਦੇ ਰਿਕਾਰਡ ਮੁਤਾਬਕ ਪੰਜਾਬ 'ਚ ਅਜੇ ਤੱਕ ਕਦੇ ਵੀ ਨਾ ਤਾਂ ਬਾਰਿਸ਼ ਹੋਈ ਹੈ ਅਤੇ ਨਾ ਹੀ ਕਿਤੇ ਗੜੇਮਾਰੀ। ਇਹ 29 ਫਰਵਰੀ 4 ਸਾਲ ਬਾਅਦ ਆਉਂਦਾ ਹੈ, ਇਸ ਲਈ ਇਸ ਵਾਰ 29 ਫਰਵਰੀ ਮੌਸਮ 'ਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਖਾਸ ਰਿਹਾ। ਜਿਵੇਂ ਕਿ ਵਿਭਾਗ ਨੇ ਮੀਂਹ ਅਤੇ ਗੜੇਮਾਰੀ ਦੀ ਭਵਿੱਖਬਾਣੀ ਕੀਤੀ ਸੀ, ਉਹ ਸਹੀ ਸਾਬਿਤ ਹੋਣ ਦੇ ਨਾਲ ਇੱਕ ਨਵਾਂ ਇਤਿਹਾਸ ਇਸ ਦਿਨ ਸਿਰਜਿਆ ਗਿਆ। ਪੂਰੇ ਮਾਮਲੇ ਬਾਰੇ ਸਾਡੇ ਲੁਧਿਆਣਾ ਤੋਂ ਪੱਤਰਕਾਰ ਸੁਰਿੰਦਰ ਸੋਨੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਮੈਡਮ ਕੇ ਗਿੱਲ ਨਾਲ ਖਾਸ ਗੱਲਬਾਤ ਕੀਤੀ। ਮੌਸਮ ਵਿਭਾਗ ਨੇ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ, ਭਵਿੱਖਬਾਣੀ ਦਿੱਤੀ ਸੀ ਕਿ 29 ਫਰਵਰੀ ਨੂੰ ਬਾਰਿਸ਼ ਅਤੇ ਗੜੇਮਾਰੀ ਹੋਏਗੀ। ਉਹ ਭਵਿੱਖਬਾਣੀ ਸਹੀ ਨਿਕਲੀ। ਅੱਜ 29 ਫਰਵਰੀ ਆ, ਬਾਰਿਸ਼ ਵੀ ਹੋਈ, ਗੜੇਮਾਰੀ ਵੀ ਹੋਈ। ਸਾਡੇ ਨਾਲ ਮੌਜੂਦ ਨੇ ਮੌਸਮ ਵਿਭਾਗ ਮੈਡਮ ਕੇ ਗਿੱਲ ਜੀ, ਗੱਲਬਾਤ ਕਰ ਲੈਂਦੇ ਹਾਂ ਉਹਨਾਂ ਦੇ ਨਾਲ ਵੀ। ਮੈਡਮ ਜੀ, ਤੁਸੀਂ ਜਾਣਕਾਰੀ ਪਹਿਲਾਂ ਹੀ ਦਿੱਤੀ ਸੀ ਕਿ 29 ਫਰਵਰੀ ਨੂੰ ਭਵਿੱਖਬਾਣੀ ਤੁਹਾਡੀ ਸਹੀ ਨਿਕਲੀ ਹੈ, ਕਿੱਦਾਂ ਦੇਖਦੇ ਹੋ? ਬਿਲਕੁਲ, ਕਿ ਜਿਸ ਤਰ੍ਹਾਂ ਕਿ ਮੌਸਮ ਜਿਹੜਾ ਭਾਰਤ ਮੌਸਮ ਵਿਗਿਆਨ ਵਿਭਾਗ ਚੰਡੀਗੜ੍ਹ ਹੈਗਾ, ਸਾਨੂੰ ਉਹਦੇ ਤੋਂ ਇਨਫੋਰਮੇਸ਼ਨ ਆਈ ਸੀ, ਜਿਹੜੀ ਸਾਡੀ ਵੈਦਰ ਫੋਰਕਾਸਟ ਮਤਲਬ ਵੀਕ 'ਚ 2 ਵਾਰੀ ਸਾਨੂੰ ਆਉਂਦੀ ਹੈ। ਅਸੀਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕੱਲ੍ਹ ਤੋਂ ਹੀ ਲਗਭਗ ਬੱਦਲਵਾਈ ਬਣਨੀ ਸ਼ੁਰੂ ਹੋ ਗਈ ਸੀ, ਕਿਉਂਕਿ ਟੈਂਪਰੇਚਰ ਜਿਹੜੇ ਆ ਪਿੱਛੇ ਕਾਫੀ ਰਾਈਜ਼ ਹੋ ਗਏ ਸੀਗੇ। ਸੋ ਜਦੋਂ ਇੱਕਦਮ ਇੱਕ ਟੈਂਪਰੇਚਰ ਰਾਈਜ਼ ਕਰਦੇ ਆ, ਜਿਵੇਂ ਕਿ ਦਿਨ ਦਾ ਤਾਪਮਾਨ 20-25-26 ਡਿਗਰੀ ਤੱਕ ਚਲਾ ਗਿਆ ਸੀ ਔਰ ਰਾਤ ਦਾ ਤਾਪਮਾਨ ਈਵਨ 12-13 ਡਿਗਰੀ ਤੱਕ ਚਲਾ ਗਿਆ ਸੀ। ਸੋ ਜਦੋਂ ਟੈਂਪਰੇਚਰ ਇੰਨੇ ਰਾਈਜ਼ ਹੁੰਦੇ ਆ ਤਾਂ ਵੈਸਟਰਨ ਡਿਸਟਰਬੈਂਸ ਜਿਹੜੀ ਹੈ ਉਹਦੀ ਅਕਰੈਂਸ ਜ਼ਰੂਰ ਮਤਲਬ ਹੁੰਦੀ ਹੈ ਪੰਜਾਬ ਦੇ ਵਿੱਚ। ਸੋ ਪੰਜਾਬ ਦੇ ਵਿੱਚ ਇਹ ਜਿਹੜੀ ਫੋਰਕਾਸਟ ਹੈਗੀ ਹੈ, ਜਿਹੜੀ ਮੌਸਮ ਦੀ ਭਵਿੱਖਬਾਣੀ ਹੈ, ਕਾਫੀ ਦਿਨਾਂ ਤੋਂ ਕੀਤੀ ਜਾ ਰਹੀ ਸੀਗੀ ਕਿ 28-29 ਤਰੀਕ ਨੂੰ ਪੰਜਾਬ ਦੇ ਕਈ ਭਾਗਾਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਅਤੇ ਕਿਤੇ ਕਿਤੇ ਗੜੇਮਾਰੀ ਵੀ ਹੋ ਸਕਦੀ ਹੈ। ਸੋ ਅਸੀਂ ਮੰਗਲਵਾਰ ਤੋਂ ਹੀ ਇਹ ਜਿਹੜੇ ਮੈਸੇਜਸ ਨੇ ਕਰਨੇ ਸ਼ੁਰੂ ਕਰ ਦਿੱਤੇ ਸੀਗੇ ਕਿ ਆਉਣ ਵਾਲੀ 28-29 ਤਰੀਕ ਨੂੰ ਪੰਜਾਬ ਦੇ ਕਈ ਭਾਗਾਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ। ਸੋ ਕਿਸਾਨ ਵੀਰ ਇਸ ਗੱਲ ਨੂੰ ਧਿਆਨ 'ਚ ਰੱਖ ਕੇ ਆਪਣੀਆਂ ਫਸਲਾਂ ਦਾ ਧਿਆਨ ਰੱਖਣ। ਸੋ ਅਸੀਂ ਕਿਸਾਨ ਵੀਰਾਂ ਨੂੰ ਇਹ ਸਲਾਹ ਦਿੱਤੀ ਸੀਗੀ ਕਿ ਤੁਸੀਂ ਹਾਲੇ 29 ਫਰਵਰੀ ਤੱਕ ਉਡੀਕ ਕੇ ਹੀ ਕਿਸੇ ਫਸਲ ਨੂੰ ਪਾਣੀ ਲਾਓ ਤਾਂ ਕਿ ਆਪਾਂ ਜਿਹੜਾ ਵੀ ਨੁਕਸਾਨ ਹੈ ਉਹਨੂੰ ਘੱਟ ਕੀਤਾ ਜਾ ਸਕੇ, ਜਿਸ ਹੱਦ ਤੱਕ ਅਸੀਂ ਕਰ ਸਕਦੇ ਹਾਂ। ਸੋ ਕਾਫੀ ਕਿਸਾਨ ਵੀਰਾਂ ਦੇ ਸਾਨੂੰ ਮੈਸੇਜ ਆਏ ਨੇ, ਫੋਨ ਆਏ ਨੇ ਕਿ ਹਾਂ ਬਿਲਕੁਲ ਜਿਹੜਾ ਬਾਰਿਸ਼ ਹੋਈ ਹੈ ਸੋ ਉਹਨਾਂ ਨੇ ਪਾਣੀ ਨਹੀਂ ਲਾਇਆ ਤਾਂ ਉਹਨਾਂ ਨੇ ਕਾਫੀ ਹੱਦ ਤੱਕ ਇਸ ਨੂੰ ਬਚਾਉਣ ਦੇ ਵਿੱਚ ਆਪਣੀ ਮਦਦ ਕੀਤੀ ਹੈ। ਅਤੇ ਮੈਡਮ, ਇਹ ਭਵਿੱਖਬਾਣੀ ਸਹੀ ਨਿਕਲੀ ਹੈ, ਪਹਿਲਾਂ ਕਦੀ ਇਤਿਹਾਸ ਦੇ ਵਿੱਚ ਹੋਈ ਹੈ ਜੀ ਬਾਰਿਸ਼? ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ 29 ਫਰਵਰੀ ਜਿਹੜੀ ਉਹ 4 ਸਾਲ ਬਾਅਦ ਆਉਂਦੀ ਹੈ, ਤਾਂ ਸਾਡੇ ਕੋਲ ਜੇ ਹੁਣ ਪਿਛਲੇ 50 ਸਾਲ ਦਾ ਡਾਟਾ ਹੈਗਾ, 1970 ਤੋਂ ਆਨਵਰਡ ਸਾਡੇ ਕੋਲ ਡਾਟਾ ਹੈਗਾ, ਤਾਂ ਜਿੰਨਾ ਵੀ 29 ਫਰਵਰੀ ਨੂੰ ਅਸੀਂ ਦੇਖਿਆ ਤਾਂ ਸਾਡੇ ਰਿਕਾਰਡ ਦੇ ਵਿੱਚ ਸਾਨੂੰ ਕਦੇ ਲੱਗਿਆ ਨਹੀਂ ਕਿ 29 ਫਰਵਰੀ ਨੂੰ ਬਾਰਿਸ਼ ਹੋਈ ਹੈ ਜਾਂ ਗੜੇਮਾਰੀ ਹੋਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਸਮੇਂ 'ਚ ਵੀ ਕਿਸਾਨਾਂ ਨੂੰ ਵੱਖੋ ਵੱਖ ਸਮੇਂ 'ਤੇ ਹੋਣ ਵਾਲੀਆਂ ਭਵਿੱਖਬਾਣੀਆਂ ਵੱਲ ਜ਼ਰੂਰ ਧਿਆਨ ਦੇ ਕੇ ਆਪਣਾ ਨੁਕਸਾਨ ਹੋਣੋਂ ਬਚਾਉਣਾ ਚਾਹੀਦਾ। ਸੋ ਬਾਕੀ ਇਹ ਹੈ ਕਿ ਵੈਸਟਰਨ ਡਿਸਟਰਬੈਂਸ ਜਦੋਂ ਆਉਂਦੀ ਹੈ ਤਾਂ ਉਹਦੇ ਨਾਲ ਫਰਵਰੀ ਦੇ ਵਿੱਚ ਜਾਂ ਮਾਰਚ ਵਿੱਚ ਵੀ ਕਈ ਵਾਰੀ ਇਹੋ ਜਿਹੀ ਪ੍ਰੋਬਲਮ ਆ ਜਾਂਦੀ ਹੈ ਕਿ ਜਦੋਂ ਕਣਕ ਦੀ ਫਸਲ ਪੱਕਣ 'ਤੇ ਹੁੰਦੀ ਹੈ ਤਾਂ ਇਸ ਟਾਈਪ ਦੀਆਂ ਜਿਹੜੀਆਂ ਪੱਛਮੀ ਜਿਹੜੀਆਂ ਹੈਗੀਆਂ ਨੇ ਘਟਨਾਵਾਂ ਇਹ ਹੁੰਦੀਆਂ ਰਹਿੰਦੀਆਂ ਨੇ। ਸੋ ਇਸ ਤਰ੍ਹਾਂ ਦੀ ਜਿਹੜੀ ਐਕਸਟ੍ਰੀਮ ਵੈਦਰ ਇਵੈਂਟ ਹੈ ਇਹ ਪਹਿਲੀ ਵਾਰੀ ਹੀ ਪੰਜਾਬ ਦੇ ਵਿੱਚ ਹੋਇਆ ਕਿ 29 ਫਰਵਰੀ ਨੂੰ ਇਸ ਤਰ੍ਹਾਂ ਦਾ ਮੌਸਮ ਹੋਇਆ ਕਿ ਗੜੇ ਵੀ ਪੈ ਰਹੇ ਨੇ ਅਤੇ ਇਸ ਤਰ੍ਹਾਂ ਦੀ ਮਤਲਬ ਵੈਸਟਰਨ ਡਿਸਟਰਬੈਂਸ ਜਿਹੜੀ ਆ ਉਹਨੇ ਕਾਫੀ ਅਪਰੋਚ ਕੀਤਾ ਅਤੇ ਪ੍ਰੋਬਲਮ ਕ੍ਰੀਏਟ ਹੋਈ ਹੈ। ਹਾਲੇ 72 ਘੰਟਿਆਂ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਵੈਸਟਰਨ ਡਿਸਟਰਬੈਂਸ ਦਾ 72 ਘੰਟੇ ਤੱਕ ਇਫੈਕਟ ਰਹਿੰਦਾ। ਸੋ ਮੇਰੇ ਜਿਹੜੀ ਆਪਣੀ ਫੋਰਕਾਸਟ ਹੈਗੀ ਉਹਦੇ ਹਿਸਾਬ ਨਾਲ ਹਲੇ ਕੱਲ੍ਹ ਸਵੇਰ ਦੁਪਹਿਰ ਤੱਕ ਇਸ ਤਰ੍ਹਾਂ ਦੀ ਮੌਸਮ ਰਹਿਣ ਦੀ ਸੰਭਾਵਨਾ ਹੈਗੀ ਹੈ। ਬੱਦਲਵਾਈ ਹੋ ਸਕਦੀ ਹੈ, ਕਿਤੇ ਕਿਤੇ ਛਿੱਟੇ ਪੈ ਸਕਦੇ ਆ,
ਤੇ ਪਰ ਕੱਲ ਤੋਂ ਦੁਪਹਿਰ ਤੋਂ ਬਾਅਦ ਜਿਹੜਾ ਕਾਫੀ ਹੱਦ ਤੱਕ ਇਹ ਚਾਂਸਿਸ ਨੇ ਕਿ ਮੌਸਮ ਸਾਫ ਹੋ ਜਾਏਗਾ। ਲੁਧਿਆਣਾ ਤੋਂ ਸੁਰਿੰਦਰ ਸੋਨੀ, ਹਕੀਕਤ ਟੀਵੀ ਪੰਜਾਬੀ।